ਕੀ ਇੱਕ ਆਮ ਪਾਈਪ ਤੋਂ ਪੰਪ ਬਣਾ ਸਕਦੇ ਹੋ? ਜੀ ਹਾਂ, ਇਹ ਬਣ ਸਕਦਾ ਹੈ। 50 ਸੈਂਟੀਮੀਟਰ ਲੰਬੀ ਤੇ 2 ਸੈਂਟੀਮੀਟਰ ਚੌੜੀ ਪੀਵੀਸੀ ਪਾਈਪ ਲਓ। ਇੱਕ ਹੱਥ ਨਾਲ ਇੱਕ ਪਾਈਪ ਨੂੰ ਬਾਲਟੀ ਵਿੱਚ ਫੜੋ। ਸੱਜੀ ਹਥੇਲੀ ਨਾਲ ਪਾਈਪ ਨੂੰ ਬਾਲਟੀ ਵਿੱਚ ਉੱਪਰ ਨੀਚੇ ਕਰਦੇ ਹੋਏ ਮੂੰਹ ਖੋਲੋ ਤੇ ਬੰਦ ਕਰੋ। ਸੱਜੀ ਹਥੇਲੀ ਵਾਲਵ ਦਾ ਕੰਮ ਕਰੇਗੀ। ਜਦੋਂ ਤੁਸੀਂ ਪਾਈਪ ਨੂੰ ਚੱਕੋਗੇ ਤਾਂ ਉੱਪਰਲਾ ਛੇਦ ਬੰਦ ਹੋ ਜਾਵੇਗਾ ਤੇ ਹੇਠਾਂ ਕਰਨ ਤੇ ਖੁੱਲੇਗਾ। ਇਹ ਉੱਪਰ ਹੇਠਾਂ ਕਰਨਾ ਜਾਰੀ ਰੱਖੋ। ਇਸ ਦੇ ਨਾਲ ਹੀ ਆਪਣੀ ਹਥੇਲੀ ਦਾ ਵੀ ਕੰਮ ਜਾਰੀ ਰੱਖੋ। ਹੇਠਾਂ ਕਰਨ ਤੇ ਹਥੇਲੀ ਨਾਲ ਬੰਦ, ਉੱਪਰ ਕਰਨ ਤੇ ਹਥੇਲੀ ਚੁੱਕ ਲਵੋ। ਇਹ ਬੜਾ ਹੀ ਖੁਸ਼ਨੁਮਾ ਪੰਪ ਹੈ।